ਅਸਲ ਤੇ ਬੈਨ ਨਹੀਂ ਹੁੰਦੇ ਜਿਹੜੇ ਸਰਕਾਰਾਂ ਦੇ ਤਲਵੇ ਚੱਟਦੇ ਆ ਉਹੀ ਕਦੀ ਸੁਰਮਿਆਂ ਦੇ ਬੈਨ ਨਹੀਂ। ਵਾਹਿਗੁਰੂ ਗੁਰਦੁਆਰਾ ਤਾੜੀ ਸਾਹਿਬ ਦਾ ਇਤਿਹਾਸ ਵਾਹਿਗੁਰੂ ਥੋੜੇ ਰਹਿ ਗਏ। ਕੀ ਵਿਚਾਰ ਹੈ ਵੀਰੇ ਤੁਹਾਡਾ? ਚਾਹ ਵਧੀਆ, ਬਸ ਦਰਸ਼ਨ ਦਾਰੇ ਹੋ ਰਹੇ ਨੇ, ਬਸ ਮਹਾਰਾਜ ਇੱਦਾਂ ਕਿਰਪਾ ਕਰ। ਬੋਲੇ ਸੋ ਨਿਹਾਲ ਵਾਹਿਗੁਰੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਜੀ ਦੇਖੋ, ਇਹ ਦੇਖੋ ਕਰਮ ਸਾਡਾ ਚੰਗਾ ਸੀ ਜਿਹੜੇ ਅਸੀਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਮੇਲੇ ਜਾ ਰਹੇ ਹਾਂ। ਬੜੀ ਕਿਰਪਾ ਦਸਵੇਂ ਪਾਤਸ਼ਾਹ ਜੀ, ਬੋਲੇ ਸੋ ਨਿਹਾਲ ਸਤਿ ਅਕਾਲ। ਵਾਹਿਗੁਰੂ ਤੁਸੀਂ ਕਹਿਣਾ ਚਾਹੁੰਦੇ? ਵਾਹਿਗੁਰੂ ਜੀ, ਅਸਥਾਨ ਬੀਬੀ ਸ਼ਰਨ ਕੌਰ, ਦੋ ਸਾਹਿਬਜ਼ਾਦੇ, ਤਿੰਨ ਪਿਆਰੇ ਸਮੂਹ ਸ਼ਹੀਦ, ਜਿਨ੍ਹਾਂ ਦਾ ਸੰਸਕਾਰ ਮਾਤਾ ਸ਼ਰਨ ਕੌਰ ਨੇ ਕੀਤਾ ਸੀ। ਅੰਗੀਠਾ ਵੱਡਾ ਤਿਆਰ ਕਰਕੇ, ਇੱਕ ਇੱਕ ਕਰਕੇ ਸਿੰਘ ਇਕੱਠੇ ਕਰਕੇ ਅਤੇ ਵੱਡਾ ਲਾਂਬੂ ਲਾਇਆ, ਚੀਖਾ ਬਣਾ ਕੇ ਲਾਂਬੂ ਲਾ ਕੇ ਇਸ ਜਗ੍ਹਾ 'ਤੇ ਸੰਸਕਾਰ ਕੀਤਾ ਸੀ। ਹੱਥ ਵਿੱਚ ਤਲਵਾਰ ਫੜ ਕੇ ਅਤੇ ਮੁਗਲ ਫੌਜ ਨਾਲ ਜੂਝ ਦੇ ਸ਼ਹੀਦ ਹੋ ਗਏ ਸੀ। ਇਸ ਕੌਮ ਦੇ ਵਾਰਸਾਂ ਸੀ। ਵਾਹਿਗੁਰੂ ਚਮਕੌਰ ਸਾਹਿਬ ਆਉਂਦਿਆਂ ਉਹਨੂੰ ਨਹਿਰ ਦਿੱਤੀ ਸੀ, ਗੁਰੂ ਛੋਟਾ ਜਿਹਾ ਸਥਾਨ ਹੈ ਜੀ। ਵਾਹਿਗੁਰੂ ਜੀ ਗੁਰੂ ਘਰ ਬਣਿਆ ਹੋਇਆ। ਵਾਹਿਗੁਰੂ ਜੀ ਗੁਰਦੁਆਰਾ ਸਾਹਿਬ, ਗੁਰਦੁਆਰਾ ਜੰਡ ਸਾਹਿਬ ਜੀ, ਇੱਥੇ ਮਹਾਰਾਜ ਜਦੋਂ ਆਏ ਨਾ ਚਮਕੌਰ ਅਤੇ ਇੱਥੇ ਆਰਾਮ ਕੀਤਾ ਸੀ ਮਹਾਰਾਜ ਨੇ, ਔਰ ਅਲਫੂ ਅਤੇ ਗਾਮੂ ਨੂੰ ਇੱਥੇ ਮਹਾਰਾਜ ਨੇ ਸੋਧਿਆ ਸੀ। ਇੱਥੋਂ ਹੀ ਫਿਰ ਮਹਾਰਾਜ ਚਾਲੇ ਪਾ ਕੇ ਝਾੜ ਸਾਹਿਬ ਨੂੰ ਚਲੇ ਗਏ ਸੀ। ਇਸ ਤੋਂ ਬਾਅਦ ਗੁਰਦੁਆਰਾ ਝਾੜ ਸਾਹਿਬ ਜਾਵਾਂਗੇ, ਤੁਹਾਨੂੰ ਦਰਸ਼ਨ ਕਰਾਵਾਂਗੇ। ਵਾਹਿਗੁਰੂ ਜੀ ਦਰਬਾਰ ਸਾਹਿਬ, ਗੁਰਦੁਆਰਾ ਜੰਡ ਸਾਹਿਬ ਦਾ ਇਸ ਜੰਡ ਹੇਠਾਂ ਆ ਕੇ ਮਹਾਰਾਜ ਬੈਠੇ ਸੀ, ਔਰ ਇੱਥੇ ਹੀ ਸੌਦਾ ਲਾਇਆ ਸੀ ਉਹਨਾਂ ਦਾ। ਵਾਹਿਗੁਰੂ ਜੀ ਵਾਹ ਜੀ ਵਾਹ, ਕਿਆ ਨਜ਼ਾਰਾ ਜੀ ਗੁਰੂ ਘਰ ਦਾ, ਖੁੱਲ੍ਹਾ ਜਿਹਾ ਗੁਰੂ ਘਰ, ਬਹੁਤ ਸੋਹਣਾ। ਚਮਕੌਰ ਸਾਹਿਬ ਦੇ ਕੋਲ ਕੋਲ ਹੀ ਗੁਰਦੁਆਰਾ ਸਾਹਿਬ ਨੇ ਜੀ, ਕਿ ਦਰਸ਼ਨ ਕਰਨ ਆਇਓ, 2 ਕਿਲੋਮੀਟਰ 3 ਕਿਲੋਮੀਟਰ ਦੇ ਆਸ ਪਾਸ ਹੀ ਸਾਰੇ ਗੁਰੂ ਘਰ ਨੇ। ਮਾਛੀਵਾੜਾ ਇੱਥੋਂ ਹੈਗਾ ਜੀ 20 ਕਿਲੋਮੀਟਰ। ਵਾਹਿਗੁਰੂ ਜੀ ਗੁਰਦੁਆਰਾ ਝਾੜ ਸਾਹਿਬ, ਵਾਹਿਗੁਰੂ ਜੀ ਗੁਰਦੁਆਰਾ ਝਾੜ ਸਾਹਿਬ, ਇੱਥੇ ਮਹਾਰਾਜ ਨੇ ਆ ਕੇ ਵਿਸ਼ਰਾਮ ਕੀਤਾ ਸੀ ਜੀ, ਔਰ ਇੱਕ ਸਾਧੂ ਦੀ ਮੁਕਤੀ ਵੀ ਕੀਤੀ ਸੀ। ਵਾਹਿਗੁਰੂ ਜੀ ਵਾਹਿਗੁਰੂ ਜੀ, ਇਹ ਗੁਰੂ ਘਰ ਹੈ ਜੀ। ਆਹ ਬਿਲਡਿੰਗ ਬਹੁਤ ਪੁਰਾਣੀ ਹੈ ਜੀ। ਵਾਹ ਜੀ ਵਾਹ, ਵਾਹਿਗੁਰੂ ਜੀ ਕਾ ਖਾਲਸਾ। ਵਾਹ ਜੀ ਵਾਹ, ਸਿੱਧੂ ਦੇ ਵੈਨ ਜਾ ਰਹੇ ਨੇ, ਲਾਇਆ ਹੋਇਆ ਪੋਸਟਰ ਨਾਲ ਗੱਡੀ ਦੇ, ਲਿਖਿਆ ਹੋਇਆ ਬਾਗੀਆਂ 'ਤੇ ਹੀ ਪਾਬੰਦੀਆਂ ਲੱਗਦੀਆਂ ਨੇ ਅਤੇ ਮੁਖਬਰ ਕਦੇ ਨਾ ਬੈਨ ਨਹੀਂ ਹੁੰਦੇ ਜਿਹੜੇ ਸਰਕਾਰਾਂ ਦੇ ਤਲਵੇ ਚੱਟਦੇ ਆ ਉਹੀ ਕਦੀ ਸੂਰਮਿਆਂ ਦੇ ਬੈਨ ਨਹੀਂ ਹੁੰਦੇ। ਹਰਿਆਣੇ ਦੀ ਗੱਡੀ ਜੀ। ਵਾਹਿਗੁਰੂ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ, ਤੁਧ ਬਿਨ ਰੋਗ ਰਝਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਇੱਥੇ ਮਹਾਰਾਜ ਸਾਰਾ ਪਰਿਵਾਰ ਵਾਰ ਕੇ ਉਸ ਜੰਡ ਥੱਲੇ ਸੌਂ ਗਏ ਸਨ, ਇੱਥੇ ਆਰਾਮ ਕਰਦੇ ਰਹੇ, ਆਰਾਮ ਕੀਤਾ ਸੀ ਮਹਾਰਾਜ ਨੇ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ, ਇਸ ਜੰਡ ਥੱਲੇ ਮਹਾਰਾਜ ਨੇ ਕਿੰਡ ਦਾ ਸਰਾਣਾ ਲਾਇਆ ਸੀ। ਵਾਹਿ ਨਾਗ ਨਿਵਾਸ ਕਹਿਣਾ, ਮਰੀ ਥਾਂ ਦਾ ਕਹਿਣਾ,
इतने ही शब्द महाराज ने उच्चारण किया मित्र प्यारे नूं हाल मुरीदां दा कहना वाहेगुरु जी। गुरद्वारा गनी खां नबी खां गुरद्वारा गनी खां नबी खां जिथे महाराज उच्च दे पीर बने से आओ दर्शन करदे आ जी। ਇਹ ਕਵਰ ਹੈ ਜੀ ਨਬੀ ਖਾਨ ਅਤੇ ਗਮੀ ਖਾਨ ਦੀ ਔਰ ਇੱਧਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਵਾਹਿਗੁਰੂ ਜੀ। ਟਰਨ ਰਾਈਟ ਦੈਨ ਟਰਨ ਲੈਫਟ। ਦੋ ਦਿਨ ਦੋ ਰਾਤਾਂ ਇਸ ਅਸਥਾਨ 'ਤੇ ਮਹਾਰਾਜ ਆਪ ਜੀ ਨੇ ਇਤਿਹਾਸ ਦੇਖਿਆ ਔਰ ਇਹ ਅੰਦਰ ਗੁਰੂ ਘਰ ਹੈ ਜੀ। ਵਾਹਿਗੁਰੂ ਇਹ ਹੁਕਮ ਹਨ ਜੀ ਜਿਹੜੇ ਅੱਜ ਵੀ ਨੌਵੀਂ ਪੀੜ੍ਹੀ ਲਾਹੌਰ ਦੇ ਵਿੱਚ ਇਹਨਾਂ ਦੇ ਘਰੇ ਪਏ ਹੋਏ ਨੇ ਜੀ। ਇਹ ਉਹਨਾਂ ਦੀਆਂ ਫੋਟੋ ਕਾਪੀਆਂ। ਵਾਹਿਗੁਰੂ ਜੀ। ਇਸ ਅਸਥਾਨ 'ਤੇ ਮਹਾਰਾਜ ਰਹੇ ਸੀ ਦੋ ਦਿਨ ਦੋ ਰਾਤਾਂ। ਵਾਹਿਗੁਰੂ ਜੀ। ਗਰਾਈ ਚੱਲ ਰਹੀ ਹੈ ਜੀ ਘਰ ਸਿਰਾ ਬਾਬਾ ਹਰਬੰਸ ਸਿੰਘ। ਇਹ ਕਬਰ ਹੈ ਜੀ ਇੱਥੇ ਬਹੁਤ ਵਧੀਆ ਸਥਾਨ ਹੈ ਜੀ। ਗੁਰਦੁਆਰਾ ਕਿਰਪਾਨ ਭੇਟ ਜੀ। ਬਾਹਰ ਵਾਹਿਗੁਰੂ ਜੀ ਬਾਰਿਸ਼ ਬੜੀ ਅਨੰਦਰ ਹੀ ਬਣਾਵਾਂਗੇ ਵੀਡੀਓ। ਇੱਥੇ ਮਹਾਰਾਜ ਨੇ ਕਿਰਪਾਨ ਭੇਟ ਕੀਤੀ ਸੀ ਜਦੋਂ ਮਹਾਰਾਜ ਨੂੰ ਮਾਸਕ ਜਿੱਦਾਂ ਲਾ ਲਓ ਵੀ ਮੁਸਲਮਾਨ ਖਾਂਦੇ ਹੁੰਦੇ ਆ ਅਤੇ ਕਿਹਾ ਸੀ ਅਤੇ ਭਾਈ ਦਿਆ ਸਿੰਘ ਨੂੰ ਕਿਰਪਾਨ ਭੇਟ ਕਰਕੇ ਮਹਾਰਾਜ ਨੇ ਫਿਰ ਉਸ ਖਾਣੇ ਨੂੰ ਕੜਾਹ ਪ੍ਰਸ਼ਾਦ 'ਚ ਬਦਲਤਾ ਸੀ। ਅਤੇ ਇੱਥੇ ਹੀ ਭਾਈ ਜਿਹੜਾ ਜਰਨੈਲ ਦਿਲਾਵਰ ਸਿੰਘ ਆਇਆ ਸੀ ਚੜ੍ਹ ਕੇ ਉਹਨੇ ਕਿਹਾ ਸੀ ਮਹਾਰਾਜ ਇੱਥੋਂ ਘੇਰੇ 'ਚੋਂ ਨਿਕਲ ਜਾਂਦੇ ਮੈਂ 500 ਮੋਰ ਭੇਟ ਕਰਾਂਗਾ। ਔਰ ਇਸੇ ਇਸ ਥਾਂ 'ਤੇ ਮਹਾਰਾਜ ਨੇ ਦੇਖੋ ਕਿਹਾ ਸੀ ਕਿ 500 ਸੁੱਖ ਘਿਉਣ ਤੋਂ ਭੁੱਲ ਗਿਆ। ਇਹ ਉਹ ਬੜਾ ਰਮਣੀਕ ਸਥਾਨ ਹੈ ਜੀ। ਅਸੀਂ ਹੁਣ ਫਿਰ ਬਾਰਿਸ਼ ਕਰਕੇ ਬਾਹਰੋਂ ਵੀਡੀਓ ਨਹੀਂ ਬਣ ਸਕੀ ਪੂਰੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਜੀ। ਅੱਗੇ ਮਿਲਦੇ ਹਾਂ। ਵਾਹਿਗੁਰੂ ਜੀ। ਧਰਤੀ ਫਤਿਹਗੜ੍ਹ ਸਾਹਿਬ ਜੀ ਦੀ। ਫਤਿਹਗੜ੍ਹ ਸਾਹਿਬ ਪਹੁੰਚ ਗਈ ਸੰਗਤ ਸਾਰੀ ਔਰ ਇੱਥੇ ਨਮਸਕਾਰ ਕਰਕੇ ਸਾਹਿਬਜ਼ਾਦਿਆਂ ਨੂੰ ਅਤੇ ਫਿਰ ਚੱਲੇ ਪਵਾਂਗੇ ਘਰਾਂ ਨੂੰ। ਫਿਰ ਯਾਤਰਾ ਹੋ ਜਾਏਗੀ ਸਮਾਪਤ ਅਤੇ ਵਲੋਗ ਤੁਹਾਨੂੰ ਫਿਰ ਜਿਹੜਾ ਅਪਡੇਟ ਕਰਾਂਗੇ ਘਰ ਜਾ ਕੇ। ਹੁਣ ਇੱਥੇ ਵੀ ਸ਼ਬਦ ਚੌਂਕੀ ਹੋ ਰਹੀ ਮਹਾਰਾਜ ਦਾ ਸੁੱਖ ਆਸਣ ਹੋ ਗਿਆ। ਵਾਹਿਗੁਰੂ ਜੀ ਦੇ ਮਾਤਾ ਮੁਖੜੇ ਚੁੰਮਦੀ ਬਰ ਗੁਰਦਾਰਾਂ ਦੇ ਗੋਦੀ ਵਿੱਚ ਖਿੜ ਗਏ ਫੁੱਲ ਪਿਆਰਾਂ ਦੇ ਚੰਨਾ ਕੱਲ ਪੇਸ਼ ਹੋਵਣਾ ਵੈਰੀ ਦੇ ਜਾ ਕੇ ਫਤਿਹ ਬੁਲਾਉਣੀ ਵਿੱਚ ਕਚਹਿਰੀ ਦੇ। ਇਹ ਵਾਹਿਗੁਰੂ ਜੀ ਠੰਡਾ ਬੁਰਜ। ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਹਾਰਾਜ ਜੀ ਯਾਤਰਾ ਹੁਣ ਫਤਿਹਗੜ੍ਹ ਸਾਹਿਬ ਆ ਕੇ ਹੋ ਗਈ ਸਮਾਪਤ ਅਤੇ ਆਪਾਂ ਲਾਸਟ 'ਚ ਕੋਈ ਦੋ ਬਚਨ ਸੰਗਤ ਨਾਲ ਸਾਂਝੇ ਕਰਨੇ ਹੁੰਦੇ। ਬਸ ਜੀ ਕਿਰਪਾ ਕਰੋ। ਬਹੁਤ ਆਨੰਦ ਆਇਆ।
ਠੀਕ ਜੀ ਮਹਾਰਾਜ ਇਹੋ ਜਿਹਾ ਟਾਈਮ ਬਖਸ਼ਦੇ ਰਹਿਣ ਜਿਹੜੀਆਂ ਮਨੋ ਕਾਮਨਾ ਲੈ ਕੇ ਆਈ ਉਹ ਜਲਦੀ ਪੂਰੀਆਂ ਹੋਣ ਫੇਰ ਖੁਸ਼ੀ ਖੁਸ਼ੀ ਫੇਰ ਆਈਏ ਫੇਰ ਆਈਏ ਹਨਾ ਚੰਗੇ ਰੋਜੀ ਰੋਜ਼ਗਾਰ ਤੇ ਲੱਗੀਏ ਹਾਂ ਸਭ ਕੁਛ ਵਧੀਆ अपने बच्चा खुले दर्शन दारे दे के नदरी नदर निहाल करन वाहिगुरु जी का खालसा वाहिगुरु जी की फतेह कहना मतलब सानू फेर मिले तू लख वारी हाथ जोड़ करा बेनती है ना बस जी महाराज जिवें सुख रखे असीं इदां ही महाराज दे चरणां च रहिंदे सवासां तक जुड़े रहिए ते इदां ही सिक्खी सिक्खी साडी किसां सवासां संग निभजे सिक्खी दा बूटा घर विच हरिया रहे ते मारियां महाराज सारियां शुभकामनां साडियां मन दियां पूरियां करे ते हुण मिलांगे जी किसी अगले वलोग जी मेरा सिक्खी सिद्धक ना ठीक है जी वाहिगुरु जी ठीक है जी वाहिगुरु जी फिर चैनल सबसक्राइब लाइक कमेंट जरूर करो वीर दी बेनती कहंदा तुसी बोलदे नहीं मैं कहा चला पाए की बोला ठीक है जी वाहे खालसा वाहे फतेह जी श्री अकाल सत श्री अकाल वाहे गुरु जी की फतेह।